ਮਹਾਮਾਰੀ ਕੋਰੋਨਾ ਵਾਇਰਸ ਦੇ ਚਲਦੇ ਹੋਏ ਜਿੱਥੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਉੱਥੇ ਹੀ ਜੰਗਲੀ ਜਾਨਵਰ ਸੜਕਾਂ ਵੱਲ ਆਪਣਾ ਰੁਖ ਕਰ ਰਹੇ ਨੇ। ਅੱਜ ਕੀਰਤਪੁਰ ਸਾਹਿਬ ਦੇ ਨਿਕਟ ਸਤਲੁਜ ਜਮੁਨਾ ਲਿੰਕ ਦੇ ਕਿਨਾਰੇ ਰਿਹਾਇਸ਼ੀ ਖੇਤਰ ਦੇ ਲਾਗੇ ਇੱਕ ਦੁਰਲਭ ਪ੍ਰਜਾਤੀ ਦਾ ਜਾਨਵਰ ਦਿਖਾਈ ਦਿੱਤਾ। ਇਸ ਜਾਨਵਰ ਨੂੰ ਦੇਖ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਸ ਜਾਨਵਰ ਬਾਰੇ ਸੂਚਿਤ ਕੀਤਾ। ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਮੌਕੇ ਤੇ ਵਿਭਾਗ ਦੇ ਗੜ ਦੇ ਨੇਤ੍ਰਤਵ ਦੇ ਵਿੱਚ ਟੀਮ ਅਧਿਕਾਰੀ ਮੌਕੇ ਤੇ ਪਹੁੰਚ ਗਏ। ਕਾਫੀ ਮੁਸ਼ਕਲ ਤੋਂ ਬਾਅਦ ਇਸ ਜਾਨਵਰ ਨੂੰ ਕਾਬੂ ਕੀਤਾ ਗਿਆ ਤੇ ਵਨ ਵਿਭਾਗ ਦੇ ਗੜ ਨੇ ਦੱਸਿਆ ਕਿ ਇਹ ਜੋ ਜਾਨਵਰ ਹੈ ਇੱਕ ਦੁਰਲਭ ਪ੍ਰਜਾਤੀ ਦਾ ਜਾਨਵਰ ਹੈ। ਤੁਹਾਨੂੰ ਦੱਸ ਦਈਏ ਕਿ ਇਹ ਜਾਨਵਰ ਘਣੇ ਜੰਗਲਾਂ ਦੇ ਵਿੱਚ ਪਾਇਆ ਜਾਂਦਾ ਹੈ ਤੇ ਪਾਮ ਸਿਵਿਟ ਕੈਟ ਇੱਕ ਬਹੁਤ ਹੀ ਦੁਰਲਭ ਪ੍ਰਜਾਤੀ ਦਾ ਜੰਗਲੀ ਜਾਨਵਰ ਹੈ। ਇਹ ਜਾਨਵਰ 1008 IUCN ਦੀ ਰੇਟ ਲਿਸਟ ਵਿੱਚ ਆਉਂਦਾ ਹੈ। ਇਸ ਜਾਨਵਰ ਦੀ ਸੰਖਿਆ ਦੁਨੀਆ ਵਿੱਚ ਬਹੁਤ ਘੱਟ ਹੈ ਤੇ ਬਹੁਤ ਘੱਟ ਦਿਖਾਈ ਦਿੰਦਾ ਹੈ। ਇਸ ਜਾਨਵਰ ਦਾ ਸਾਈਜ਼ 3 ਤੋਂ 3.5 ਫੁੱਟ ਤੱਕ ਹੁੰਦਾ ਹੈ। ਜਾਨਵਰ ਬਿੱਲੀ ਅਤੇ ਨੇਵਲੇ ਦੀ ਤਰ੍ਹਾਂ ਵਿਖਾਈ ਦੇਣ ਵਾਲਾ ਪ੍ਰਾਣੀ ਹੈ ਤੇ ਇਹ ਜਾਨਵਰ ਰਾਤ ਦੇ ਸਮੇਂ ਹੀ ਆਪਣਾ ਭੋਜਨ ਦੀ ਤਲਾਸ਼ ਵਿੱਚ ਇਧਰ ਉਧਰ ਨਿਕਲਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਜਾਨਵਰ ਛੋਟੇ ਜੀਵਾਂ ਨੂੰ ਖਾਣ ਦਾ ਸ਼ੌਕੀਨ ਹੈ ਤੇ ਦਿਨ ਦੇ ਸਮੇਂ ਇਹ ਜਾਨਵਰ ਬੂਟਿਆਂ ਦੀ ਜੜਾਂ ਦੇ ਵਿੱਚ ਬੈਠ ਕੇ ਹੀ ਆਪਣਾ ਸਮੇਂ ਗੁਜ਼ਾਰਦਾ ਹੈ ਤੇ ਰਾਤ ਦੇ ਸਮੇਂ ਇਹ ਬਾਹਰ ਨਿਕਲਦਾ ਹੈ ਤੇ ਆਪਣੇ ਖਾਣੇ ਦੀ ਤਲਾਸ਼ ਕਰਦਾ ਹੈ। ਸੰਬੰਧਿਤ ਵਿਭਾਗ ਵੱਲੋਂ ਇਸ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਇਸ ਨੂੰ ਆਪਣੇ ਦਫ਼ਤਰ ਲਿਜਾਇਆ ਗਿਆ ਤੇ ਜਿੱਥੇ ਇਸ ਦੀ ਪੂਰਨ ਰੂਪ ਦੇ ਵਿੱਚ ਜਾਂਚ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਨੂੰ ਕਾਬੂ ਕਰਨ ਤੋਂ ਬਾਅਦ ਵਿਭਾਗ ਇਸ ਨੂੰ ਆਪਣੇ ਦਫ਼ਤਰ ਲੈ ਗਈ ਹੈ ਜਿੱਥੇ ਜਾ ਕੇ ਇਸ ਦੀ ਚੈਕਿੰਗ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਇਸ ਜਾਨਵਰ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਏਗਾ। ਸਰ ਮਲਕੀਤ ਸਿੰਘ ਵੱਲੋਂ ਆਈ ਸੀਗੀ, ਅਸੀਂ ਰੋਪੜ ਤੋਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹਾਂ ਮੌਕੇ ਤੇ ਤੇ ਸਾਡੀ ਟੀਮ ਦੇ ਬੰਦਿਆਂ ਨੇ ਰਲ ਕੇ ਇਹ ਜਾਨਵਰ ਨੂੰ ਰੈਸਕਿਊ ਕੀਤਾ ਤੇ ਇਹ ਜਾਨਵਰ ਲੂੰਬੜੀ ਤਰ੍ਹਾਂ ਛੋਟਾ ਜਾਨਵਰ ਹੈ ਤੇ ਦੰਦ ਤਿੱਖੇ ਹੋਣ ਕਰ ਹਮਲਾ ਵਗੈਰਾ ਸਭ ਕੁਝ ਕਰ ਸਕਦਾ। ਅਸੀਂ ਲਿਜਾ ਕੇ ਰੋਪੜ ਇਹਦਾ ਪਹਿਲਾਂ ਦੇਖਾਂਗੇ, ਕੋਈ ਜ਼ਖਮ ਵਗੈਰਾ ਤਾਂ ਨਹੀਂ ਹੈ। ਉਸ ਤੋਂ ਬਾਅਦ ਅਸੀਂ ਉਸਨੂੰ ਜੰਗਲ ਵਿੱਚ ਰਿਲੀਜ਼ ਕਰ ਦਾਂਗੇ। ਸਾਡੇ ਨਾਲ ਇੱਕ ਦਰਗਾਹ ਸ਼ਾਹ ਦਾ ਬੜਾ ਜੰਗਲ ਹੈ, ਉੱਥੇ ਰਿਲੀਜ਼ ਕਰਾਂਗੇ। ਸਰ ਇਹਨੂੰ ਸਰ ਅਸੀਂ ਆਫਿਸ ਜਾ ਕੇ ਆਈਡੈਂਟੀਫਾਈ ਕਰਾਂਗੇ, ਇਸ ਟਾਈਮ ਮੈਨੂੰ ਇਸਦਾ ਪਤਾ ਨਹੀਂ ਲੱਗ ਰਿਹਾ ਜੀ।